ਹਾਂਜੀ ਦੋਸਤੋ, ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਲਗਾਤਾਰ ਪੋਸਟਾਂ 'ਤੇ ਪੋਸਟਾਂ ਕੱਢੀਆਂ ਜਾ ਰਹੀਆਂ ਨੇ ਜੀ। ਹੁਣੇ ਹੁਣੇ ਇਸ਼ਤਿਹਾਰ ਨੰਬਰ 7/2024 ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਵੱਖ ਵੱਖ ਬਹੁਤ ਸਾਰੀਆਂ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ। ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ, ਤਾਂ ਕਿ ਆਉਣ ਵਾਲੀ ਜਾਣਕਾਰੀ ਪੋਸਟਾਂ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਹੁਣੇ ਹੁਣੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਜੋ ਇਸ਼ਤਿਹਾਰ ਨੰਬਰ ਹੈਗਾ ਜੀ 7/2024 ਹੈਗਾ, ਇਸ ਦੇ ਵਿੱਚ ਅੱਜ ਜੋ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਜੀ ਅੱਜ ਦੀ ਡੇਟ ਦੇ ਵਿੱਚ, ਅਤੇ ਔਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਹੈਗੀ ਹੈ ਜੀ 21/8/2024 ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਔਨਲਾਈਨ ਅਪਲਾਈ ਅਤੇ ਸਬਮਿਟ ਕਰਨ ਦੀ ਜੋ ਆਖਰੀ ਮਿਤੀ ਰੱਖੀ ਗਈ ਹੈ ਜੀ 17/7/2024 ਸ਼ਾਮ 5 ਵਜੇ ਤੱਕ ਉਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ, ਅਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ ਹੈ ਜੀ 20/7/2024 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਫੀਸ ਭਰ ਸਕਦੇ ਹੈਗੇ ਹੋ ਜੀ। ਕੁਰੈਕਸ਼ਨ ਪੋਰਟਲ ਦੀ ਅੰਤਿਮ ਮਿਤੀ ਹੈਗੀ ਹੈ ਜੀ 25/9/2024। ਹੁਣ ਤੁਹਾਨੂੰ ਪੋਸਟਾਂ ਦੱਸ ਦਈਏ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਜੀ। ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਦੇ ਵਿੱਚ ਸਬ ਡਿਵੀਜ਼ਨਲ ਅਫਸਰ ਸਿਵਲ ਦੀ ਪੋਸਟਾਂ 2 ਨੇ ਜੀ। ਵਿੱਤ ਵਿਭਾਗ ਖਜ਼ਾਨਾ ਅਤੇ ਲੇਖਾ ਵਿੱਤ ਅਤੇ ਯੋਜਨਾ ਭਵਨ ਪਲਾਟ 2B ਸੈਕਟਰ 33 ਏ ਚੰਡੀਗੜ੍ਹ ਦੇ ਵਿੱਚ ਜੂਨੀਅਰ ਆਡੀਟਰ ਦੀਆਂ 14 ਪੋਸਟਾਂ ਨੇ ਜੀ। ਕਿਰਤ ਵਿਭਾਗ ਪੰਜਾਬ ਦਫ਼ਤਰ ਕਿਰਤ ਕਮਿਸ਼ਨਰ ਪੰਜਾਬ ਮਾਡਲ ਵੈਲਫੇਅਰ ਦੇ ਵਿੱਚ ਐਗਜੀਕਿਊਟਿਵ ਅਸਿਸਟੈਂਟ ਦੀਆਂ 6 ਪੋਸਟਾਂ ਨੇ ਜੀ। ਨੈਕਸਟ ਗੱਲ ਕਰੀਏ ਤਾਂ ਕਿਰਤ ਵਿਭਾਗ ਪੰਜਾਬ ਦਫ਼ਤਰ ਕਮਿਸ਼ਨਰ ਪੰਜਾਬ ਦੇ ਵਿੱਚ ਅੰਕੜਾ ਅਫਸਰ ਦੀਆਂ 1 ਪੋਸਟ ਹੈ ਜੀ। ਕਿਰਤ ਵਿਭਾਗ ਪੰਜਾਬ ਦਫ਼ਤਰ ਕਿਰਤ ਕਮਿਸ਼ਨ ਪੰਜਾਬ ਮਾਡਲ ਵੈਲਫੇਅਰ ਸੈਂਟਰ ਫੇਜ਼ 10 ਸੈਕਟਰ 64 SAS ਨਗਰ ਵਿੱਚ ਅਸਿਸਟੈਂਟ ਮੈਨੇਜਰ IT ਦੀ 1 ਪੋਸਟ ਹੈ ਜੀ। ਕਿਰਤ ਵਿਭਾਗ ਪੰਜਾਬ ਦਫ਼ਤਰ ਕਿਰਤ ਕਮਿਸ਼ਨਰ ਮਾਡਲ ਵੈਲਫੇਅਰ ਸੈਂਟਰ ਫੇਜ਼ 10 ਸੈਕਟਰ 64 SAS ਨਗਰ ਵਿੱਚ ਫੀਲਡ ਇਨਵੈਸਟੀਗੇਟਰ ਦੀਆਂ 2 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ। ਵਿੱਤ ਵਿਭਾਗ ਪੰਜਾਬ ਸਰਕਾਰ ਖਜ਼ਾਨਾ ਅਤੇ ਲੇਖਾ ਸਾਖਾ ਵਿੱਚ ਖਜ਼ਾਨਾ ਅਫਸਰ ਦੀਆਂ 36 ਅਸਾਮੀਆਂ ਹੈਗੀਆਂ ਨੇ ਜੀ। ਨੈਕਸਟ ਪੰਜਾਬ ਰਾਜ ਗੋਦਾਮ ਨਿਗਮ ਸੈਕਟਰ 17 BSCO 74-75 ਬੈਂਕ ਸਕੇਅਰ ਚੰਡੀਗੜ੍ਹ ਦੇ ਵਿੱਚ ਸੈਕਸ਼ਨ ਸਿਵਲ ਅਫਸਰ ਸਿਵਲ ਦੀਆਂ 4 ਪੋਸਟਾਂ ਨੇ ਜੀ। ਉਸ ਤੋਂ ਬਾਅਦ ਪੰਜਾਬ ਰਾਜ ਗੋਦਾਮ ਨਿਗਮ ਸੈਕਟਰ 17 BSCO 74-75 ਬੈਂਕ ਸਕੇਅਰ ਚੰਡੀਗੜ੍ਹ ਦੇ ਵਿੱਚ ਸੈਕਸ਼ਨ ਅਫਸਰ ਬਿਜਲੀ ਦੀਆਂ 3 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਕੈਟੇਗਰੀ ਵਾਈਜ਼ ਇਸ ਪ੍ਰਕਾਰ ਵੰਡੀਆਂ ਗਈਆਂ ਨੇ ਪੋਸਟਾਂ। ਤੁਹਾਨੂੰ ਇਸ ਦੀ PDF ਸਾਡੇ ਟੈਲੀਗ੍ਰਾਮ ਚੈਨਲ ਜੋ ਕਿ MD ਜੋਬ ਅਲਰਟਸ ਦੇ ਨਾਮ ਦੇ ਉੱਤੇ ਉੱਥੇ ਮਿਲ ਜਾਵੇਗੀ। ਅਤੇ ਨੈਕਸਟ ਹੁਣ ਗੱਲ ਕਰੀਏ ਇਹਨਾਂ ਦੇ ਜੋ ਤਨਖਾਹ ਸਕੇਲ ਦੀ, ਤਾਂ ਤੁਸੀਂ ਚੈੱਕ ਕਰ ਸਕਦੇ ਹੋ ਸਬ ਡਿਵੀਜ਼ਨਲ ਅਫਸਰ ਦੇ ਲਈ 47,600 ਰੁਪਏ ਤਨਖਾਹ ਦਿੱਤੀ ਜਾਵੇਗੀ, ਜੂਨੀਅਰ ਆਡੀਟਰ ਲਈ 35,400 ਰੁਪਏ ਅਤੇ ਐਗਜੀਕਿਊਟਿਵ ਅਸਿਸਟੈਂਟ ਲਈ 35,400 ਰੁਪਏ। ਅੰਕੜਾ ਅਫਸਰ ਦੇ ਲਈ ਜੀ 7ਵੇਂ ਪੇ ਸਕੇਲ ਅਨੁਸਾਰ 44,900 ਰੁਪਏ, ਅਸਿਸਟੈਂਟ ਮੈਨੇਜਰ IT ਦੇ ਲਈ 47,600 ਰੁਪਏ, ਫੀਲਡ ਇਨਵੈਸਟੀਗੇਟਰ ਦੇ ਲਈ 35,400 ਰੁਪਏ, ਖਜ਼ਾਨਾ ਅਫਸਰ ਦੇ ਲਈ ਜੀ ਜੋ ਤਨਖਾਹ ਦਿੱਤੀ ਜਾਵੇਗੀ 35,400 ਰੁਪਏ ਦਿੱਤੀ ਜਾਵੇਗੀ, ਸੈਕਸ਼ਨ ਅਫਸਰਾਂ ਦੇ ਲਈ ਵੀ 35,400 ਰੁਪਏ ਤਨਖਾਹ ਦਿੱਤੀ ਜਾਵੇਗੀ। ਹੁਣ ਆਪਾਂ ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਵਿੱਦਿਅਕ ਯੋਗਤਾ ਦੇ ਵਿੱਚ ਸਬ ਡਿਵੀਜ਼ਨਲ ਅਫਸਰ ਦੇ ਲਈ ਜੀ ਗ੍ਰੈਜੂਏਸ਼ਨ ਕੀਤੀ ਹੋਵੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਅਤੇ ਡਿਪਲੋਮਾ ਕੀਤਾ ਹੋਵੇ ਜੀ ਇੰਜੀਨੀਅਰਿੰਗ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ।
ਅਤੇ ਉਸ ਤੋਂ ਬਾਅਦ ਹੈ ਜੀ ਜੂਨੀਅਰ ਐਡੀਟਰ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਐਜ ਪਰ ਰੂਲ ਜੋਬ 1998 ਬੀ ਕੌਮ ਕੀਤੀ ਹੋਵੇ। ਉਸ ਤੋਂ ਬਾਅਦ 1979 ਦੇ ਰੂਲਸ ਦੇ ਮੁਤਾਬਕ 30 ਵਰਡ ਪਰ ਮਿੰਟ ਟਾਈਪਰਾਈਟਿੰਗ ਇੰਗਲਿਸ਼ ਦੇ ਵਿੱਚ ਆਉਣੀ ਚਾਹੀਦੀ ਹੈ। ਐਗਜੀਕਿਊਟਿਵ ਅਸਿਸਟੈਂਟ ਦੀ ਪੋਸਟ ਦੀ ਗੱਲ ਕਰੀਏ ਤਾਂ ਬੈਚਲਰ ਡਿਗਰੀ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਤੇ ਕੰਪੀਟੀਟਿਵ ਟੈਸਟ ਜੋ ਸਪੈਸੀਫਾਈਡ ਕੀਤਾ ਜਾਵੇਗਾ ਅਥਾਰਟੀ ਦੁਆਰਾ ਟਾਈਮ ਟੂ ਟਾਈਮ ਉਹ ਕੁਆਲੀਫਾਈ ਕੀਤਾ ਹੋਵੇ ਅਤੇ 120 ਘੰਟਿਆਂ ਦਾ ਕੰਪਿਊਟਰ ਕੋਰਸ ਕੀਤਾ ਹੋਵੇ ਜੀ। ਇਹ ਤੁਸੀਂ ਨੋਟ ਕਰ ਲਵੋ। ਅਤੇ ਅਪੁਆਇੰਟਡ ਐਜ ਐਗਜੀਕਿਊਟਿਵ ਅਸਿਸਟੈਂਟ ਸ਼ੈਲ ਹੈਵ ਬਿਫੋਰ ਦਿਸ ਅਪੁਆਇੰਟਮੈਂਟ ਟੈਸਟ ਇੰਗਲਿਸ਼ ਅਤੇ ਪੰਜਾਬੀ ਯੂਨੀਕੋਡ ਮਤਲਬ ਕਿ ਰਾਵੀ ਦੇ ਵਿੱਚ ਜੋ ਹੈ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ। ਅੰਕੜਾ ਅਫਸਰ ਦੇ ਲਈ ਮਾਸਟਰ ਡਿਗਰੀ ਕੀਤੀ ਹੋਵੇ ਇਕਨੋਮਿਕਸ ਦੇ ਵਿੱਚ ਜਾਂ ਮੈਥੇਮੈਟਿਕਸ ਦੇ ਵਿੱਚ ਜਾਂ ਕਮਰਸ ਦੇ ਵਿੱਚ ਵਿਦ ਸਟੈਟਿਕਸ ਐਜ ਵਨ ਆਫ ਦਾ ਪੇਪਰ ਆਫ ਮਾਸਟਰ ਡਿਗਰੀ ਦੇ ਵਿੱਚ ਸਟੈਟਿਕਸ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ। ਅਸਿਸਟੈਂਟ ਮੈਨੇਜਰ ਦੇ ਲਈ ਬੈਚਲਰ ਡਿਗਰੀ ਕੀਤੀ ਹੋਵੇ ਇੰਜੀਨੀਅਰਿੰਗ ਦੇ ਵਿੱਚ ਬੈਚਲਰ ਆਫ ਟੈਕਨੋਲੋਜੀ ਦੇ ਵਿੱਚ ਇਨ ਇਨਫੋਰਮੇਸ਼ਨ ਟੈਕਨੋਲੋਜੀ ਔਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਾਂ ਮਾਸਟਰ ਬਿਜ਼ਨਸ ਕੰਪਿਊਟਰ ਸਾਇੰਸ ਮਾਸਟਰ ਆਫ ਐਡਮਿਨਿਸਟ੍ਰੇਸ਼ਨ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਵੇ। ਉਸ ਤੋਂ ਬਾਅਦ ਫੀਲਡ ਇਨਵੈਸਟੀਗੇਟਰ ਦੇ ਲਈ ਜੀ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ ਇਕਨੋਮਿਕਸ ਦੇ ਵਿੱਚ ਮੈਥੇਮੈਟਿਕਸ ਦੇ ਵਿੱਚ ਜਾਂ ਸੋਸ਼ਲ ਸਾਇੰਸ ਵਿਦ ਸਟੈਟਿਕਸ ਸਬਜੈਕਟ। ਖਜ਼ਾਨਾ ਅਫਸਰ ਦੇ ਲਈ ਜੀ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕਮਰਸ ਫੀਲਡ ਦੇ ਵਿੱਚ। ਅਤੇ ਸੈਕਸ਼ਨ ਅਫਸਰ ਦੇ ਲਈ ਜੀ ਡਿਪਲੋਮਾ ਕੀਤਾ ਹੋਵੇ ਸਿਵਲ ਦੇ ਲਈ ਤਾਂ ਸਿਵਲ ਇੰਜੀਨੀਅਰਿੰਗ ਅਤੇ ਬਿਜਲੀ ਦੇ ਲਈ ਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਕੀਤਾ ਹੋਵੇ। ਉਮਰ ਸੀਮਾ ਦੀ ਗੱਲ ਕਰੀਏ ਤਾਂ 18 ਤੋਂ 37 ਸਾਲ ਹੋਵੇਗੀ। ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਲਈ ਵੱਧ ਤੋਂ ਵੱਧ 42 ਸਾਲ ਉਮਰ ਹੋਵੇਗੀ ਜੀ। ਟਰਮ ਐਂਡ ਕੰਡੀਸ਼ਨਜ਼ ਲਾਗੂ ਹੋਣਗੀਆਂ। ਅਤੇ ਫੀਸ ਦੀ ਗੱਲ ਕਰੀਏ ਜਨਰਲ ਸੁਤੰਤਰਤਾ ਸੰਗਰਾਮੀ ਖਿਡਾਰੀ ਦੇ ਲਈ 1000 ਰੁਪਏ ਫੀਸ ਹੋਵੇਗੀ। SC BC EWS ਦੇ ਲਈ 250 ਫੀਸ। ਐਕਸ ਸਰਵਿਸਮੈਨ ਸੈਲਫ ਅਤੇ ਡਿਪੈਂਡੈਂਟ ਦੇ ਲਈ 200। ਹੈਂਡੀਕੈਪ ਦੇ ਲਈ ਜੀ 500 ਰੁਪਏ ਫੀਸ ਰੱਖੀ ਗਈ ਹੈ। ਇਹ ਸੀ ਅੱਜ ਦਾ ਨੋਟੀਫਿਕੇਸ਼ਨ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ, ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਂਦੇ ਹਾਂ, ਜਾਣਕਾਰੀ ਲੱਭ ਕੇ ਲੈ ਕੇ ਆਉਂਦੇ ਹਾਂ। ਜਦੋਂ ਵੀ ਕੋਈ ਹੋਰ ਪੋਸਟਾਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਇਹ ਸੀ ਅੱਜ ਦਾ ਨੋਟੀਫਿਕੇਸ਼ਨ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਜੀ। ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਜੀ ਰੱਬ ਰਾਖਾ।